ਅਸੀਂ ਫਿਲਮ ਦੇਖਦੇ ਦੇਖਦੇ ਕੁਝ ਬੰਦੇ ਰੋਲਾ ਰੋਲਾ ਜਿਹਾ ਪਾ ਰਹੇ ਸੀਗੇ ਜੀ। ਉਹਨਾਂ ਨੂੰ ਕੁਝ ਫੈਮਿਲੀ ਵਾਲੇ ਬੰਦਿਆਂ ਨੇ ਉੱਠ ਕੇ ਵੀ ਤੁਸੀਂ ਰੋਲਾ ਨਾ ਪਾਓ, ਫੈਮਿਲੀ ਆਈ ਆ ਮੈਂ ਘਰੋਂ ਫਿਲਮ ਦੇਖਣ, ਆਰਾਮ ਨਾਲ ਫਿਲਮ ਦੇਖੋ ਵੀ ਆਹ ਗਲਤ ਕੰਮ ਨਾ ਕਰੋ। ਉਹਨਾਂ ਨੇ ਕਿਹਾ ਤਾਂ ਅਸੀਂ ਨਹੀਂ ਕਿਹਾ, ਤਾਂ ਅਸੀਂ ਪਿਆਰ ਨਾਲ ਕਿਹਾ ਤਾਂ ਅਸੀਂ ਕਿਹਾ ਕੋਈ ਗੱਲ ਨਹੀਂ ਭਾਜੀ ਫਿਲਮ ਦੇਖ ਲਓ, ਸਾਰੇ ਬੈਠੇ ਆਰਾਮ ਨਾਲ। ਉਹ ਅੱਧ ਵਿਚਕਾਰ ਫਿਲਮ ਛੱਡ ਕੇ ਬਾਹਰ ਆ ਗਏ, ਸਾਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਬਈ ਕਿਆ ਕਹਿੰਦੇ ਬਾਹਰ ਜਾ ਕੇ ਕੋਈ ਘਟਨਾ ਕਰੂੰਗੇ। ਉੱਥੋਂ ਉਹਦੀ ਫਿਲਮ ਖਤਮ ਹੋਈ, ਫਿਲਮ ਖਤਮ ਹੋਣ ਤੋਂ ਬਾਅਦ ਆਪਾਂ ਸੈਣੀ ਢਾਬੇ 'ਤੇ ਰੋਟੀ ਖਾਣ ਆ ਗਏ। ਅਸੀਂ ਇੱਥੇ ਰੋਟੀ ਖਾਂਦੇ ਖਾਂਦੇ ਹੀ ਆਉਂਦੇ, ਸਾਨੂੰ ਕੁਝ ਨਹੀਂ ਪਤਾ, ਪਿੱਛੋਂ ਆਏ ਨੰਗੀਆਂ ਕਿਰਪਾਨਾਂ ਲੈ ਕੇ ਸਾਡੇ 'ਤੇ ਹਮਲਾ ਕਰਤਾ। ਸਿਕੰਦਰ ਸਿੰਘ ਸਾਨਪ ਗੁਰਦੀਪ ਸਿੰਘ ਅਤੇ ਉਹਦੇ ਨਾਲ ਹੋਰ ਉਹਦੇ ਕਜ਼ਨ ਸੀਗੇ, ਇਹ ਤਕਰੀਬਨ ਜੇ ਆਰ ਥੀਏਟਰ ਤੋਂ ਫਿਲਮ ਦੇਖ ਕੇ ਆਏ ਆ। ਫਿਲਮ ਦੇਖਣ ਤੋਂ ਬਾਅਦ ਉਹਦੇ ਵਿੱਚ ਕੁਝ ਮੁੰਡੇ 'ਤੇ ਵੜਕਾਂ ਮਾਰੇ ਸੀ ਅਤੇ ਇਹਨਾਂ ਨੇ ਰੋਕਿਆ ਕਿ ਫੈਮਲੀਆਂ ਨਾਲ ਆਏ ਵੀ ਐਵੇਂ ਦਾ ਕੰਮ ਤੁਸੀਂ ਨਾ ਕਰੋ। ਅਤੇ ਕਿੱਥੇ ਮਾਰੇ ਸੀ? ਇਹ ਥੀਏਟਰ ਦੇ ਅੰਦਰ। ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਇਹ ਜਦੋਂ ਉਹ ਮੁੰਡੇ ਜੋ ਦੂਸਰੇ ਸੀਗੇ ਉਹ ਹਾਫ ਹੈਂਡ ਤੋਂ ਬਾਹਰ ਆ ਗਏ ਅਤੇ ਇਹ ਇਹਨਾਂ ਨੇ ਪਿਕਚਰ ਖਤਮ ਹੋਣ ਤੋਂ ਬਾਅਦ ਇੱਥੇ ਆ ਕੇ ਰੋਟੀ ਖਾਧੀ। ਰੋਟੀ ਆ ਖਾ ਕੇ ਬਾਹਰ ਆਏ ਤਾਂ ਅਚਾਨਕ ਤੇਜ਼ ਧਾਰ ਹਥਿਆਰਾਂ ਨਾਲ, ਤੁਸੀਂ ਵੀਡੀਓ ਦੇਖੀ ਹੋਗੀ, ਤਲਵਾਰਾਂ ਨਾਲ ਅਤੇ ਮੁੰਡੇ 'ਤੇ ਹਮਲਾ ਕਰਤਾ। ਕਜ਼ਨ ਰਾਤ ਨੂੰ ਡਿਊਟੀ ਜਾਂਦਾ, ਉਹਦਾ ਫੋਨ ਆਇਆ ਕਿ ਤੁਹਾਡੇ ਦੋਸਤ ਦੇ ਇੱਦਾਂ ਦਾ ਸੱਟ ਲੱਗੀ ਆ। ਮੈਂ ਕਿਹਾ ਤੂੰ ਉਹਨੂੰ ਲੈ ਕੇ ਐਮਰਜੈਂਸੀ ਚੱਲ। ਉਹ ਐਮਰਜੈਂਸੀ ਲੈ ਕੇ ਉਹਨੂੰ ਪਹੁੰਚਿਆ ਅਤੇ ਜਦ ਨੂੰ ਮੈਂ ਉੱਥੇ ਐਮਰਜੈਂਸੀ ਗਿਆ ਤਾਂ ਉਹਨੂੰ PGI ਲਈ ਰੈਫਰ ਕਰਤਾ ਸੀ ਅਤੇ ਫਿਰ ਮੈਂ ਉਹਨੂੰ ਰੋਪੜ ਤੋਂ PGI ਐਡਮਿਟ ਕਰਵਾਇਆ ਲਿਜਾ ਕੇ ਜੀ। ਉਹਦੇ ਹਾਲਾਤ ਕਿੱਦਾਂ ਨੇ ਹੁਣ? ਉਹਦੇ ਹਾਲਾਤ ਬਹੁਤ ਖਰਾਬ ਹੈ ਜੀ ਅਤੇ ਉਸਦੇ ਇਸ ਹੱਥ 'ਤੇ ਇੱਥੇ ਤੱਕ ਕੱਟ ਲੱਗਿਆ, ਦੋਨਾਂ ਸਾਈਡ 'ਤੇ ਸਟਿਚਿਜ ਲੱਗੇ ਹੋਏ ਆ ਅਤੇ ਸਿਰ 'ਤੇ ਸੱਟ ਲੱਗੀ, ਉਹਦੀ ਵੀ ਸਰਜਰੀ ਹੋਈ ਆ ਅਤੇ ਲੱਤ 'ਤੇ ਵੀ ਵੱਜੀ ਆ ਅਤੇ ਉਸ ਤੋਂ ਬਾਅਦ ਇਸ ਜਗ੍ਹਾ 'ਤੇ ਉਹਦੇ ਪੱਛ ਲੱਗਿਆ ਆ ਅਤੇ ਉਹਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਹਦੀ ਹੁਣ ਸਰਜਰੀ ਹਲੇ ਹੋਣੀ ਬਾਕੀ ਆ। ਉਹਦੀ ਕੰਡੀਸ਼ਨ ਕ੍ਰਿਟੀਕਲ ਆ, ਠੀਕ ਨਹੀਂ ਹੈਗੀ। ਕੱਲ੍ਹ ਤਾਂ ਧਾਰਾ 144 ਲਈ ਗਈ ਹੈ, ਕੱਲ੍ਹ ਧਾਰਾ 144 ਲੱਗਣ ਦੇ ਬਾਵਜੂਦ ਅਤੇ CM ਸਾਹਿਬ ਨੇ ਇੱਥੇ ਆਉਣਾ ਸੀ, ਠੀਕ ਹੈ, ਇੰਨੀ ਪ੍ਰੋਟੈਕਸ਼ਨ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਕਾਂਡ ਹੋ ਗਿਆ, ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਆਰੋਪੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਹੁਣ ਤੱਕ ਤਾਂ ਇਹ ਪਤਾ ਲੱਗਿਆ ਜੀ ਕਿ ਸਿਕੰਦਰ ਸਿੰਘ ਜੋ ਹੈ ਸਾਨੂੰ ਗੁਰਦੀਪ ਸਿੰਘ ਕੋਟਲਿਆਂ ਦੇ ਰਹਿਣ ਵਾਲਾ, ਉਹ ਜਿਹੜਾ ਰਾਤ ਨੂੰ ਕੋਈ ਦਾਖਲ ਹੋਇਆ ਉਹਨਾਂ ਨੂੰ ਕਿਸੇ ਜੋ ਕੋਈ 8-10-5-7 ਮੁੰਡੇ ਨੇ ਜਿਨ੍ਹਾਂ ਨੇ ਕੋਈ ਦੇ ਸੱਟਾਂ ਸੁੱਟਾਂ ਮਾਰੀਆਂ, ਉਹਦੀ ਜੋ ਹੈ ਸਟੇਟਮੈਂਟ ਦੇ ਬਿਹਾਫ 'ਤੇ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ। ਉਹ ਜਿਹੜਾ ਸੈਕਟਰ 32 ਦੇ ਵਿੱਚ ਸਿਵਲ ਹੋਸਪਿਟਲ ਦੇ ਵਿੱਚ ਜਿਹੜਾ ਉਹ ਦਾਖਲ ਹੈ। ਇਹ ਸਰ ਘਟਨਾ ਦਾ ਮਸਲਾ ਹੈ? ਉਹਦਾ ਜਦੋਂ ਉਹਦੀ ਸਟੇਟਮੈਂਟ ਪੈਂਡਿੰਗ ਹੈ ਜੀ, ਉਹਦੀ ਸਟੇਟਮੈਂਟ ਲਿੱਤੀ ਜਾ ਰਹੀ ਹੈ, ਜੋ ਹੈ ਟੀਮ ਗਈ ਹੋਈ ਦਾ ਸਟੇਟਮੈਂਟ ਲੈਣ ਲਈ, ਜੋ ਬੰਦਾ ਜ਼ਖਮੀ ਹੈਗਾ ਉਹਦੀ ਸਟੇਟਮੈਂਟ ਦੇ ਬਿਹਾਫ 'ਤੇ ਜੋ ਕਾਰਵਾਈ ਕੀਤੀ ਜਾਊਗੀ, ਉਸ ਤੋਂ ਹੀ ਰੰਜਸ ਜਿਹੜਾ ਪਤਾ ਲੱਗੂਗਾ ਵੀ ਕੀ ਰੰਜਸ ਸੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।